ਅੰਮ੍ਰਿਤਸਰ ਨਾਰਕੋਟਿਕਸ ਵਿਭਾਗ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਹਰਜਿੰਦਰ ਸਿੰਘ ਨਾਮਕ ਯੁਵਕ ਨੂੰ ਗ੍ਰਿਫਤਾਰ ਕੀਤਾ ਹੈ ਜਿਹਦੇ ਕੋਲੋਂ 1 ਕਿਲੋ ਹੈਰੋਇਨ ਬਰਾਮਦ ਹੋਈ ਹੈ। ਹਰਜਿੰਦਰ ਸਿੰਘ ਅੰਮ੍ਰਿਤਸਰ ਦੇ ਸੁਲਤਾਨਵਿੰਡ ਏਰੀਆ ਦਾ ਰਹਿਣ ਵਾਲਾ ਹੈ ਤੇ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਛਾਪੇਮਾਰੀ ਕਰਕੇ ਆਰੋਪੀ ਨੂੰ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜਦ ਨਾਰਕੋਟਿਕਸ ਵਿਭਾਗ ਨੇ ਆਰੋਪੀ ਹਰਜਿੰਦਰ ਸਿੰਘ ਦੀ ਤਲਾਸ਼ੀ ਲਈ ਤਾਂ ਉਹਦੇ ਕੋਲੋਂ 1 ਕਿਲੋ ਹੈਰੋਇਨ ਬਰਾਮਦ ਹੋਈ ਹੈ। ਸ਼ੁਰੂਆਤੀ ਜਾਂਚ ਪਤਾ ਲੱਗਿਆ ਹੈ ਕਿ ਆਰੋਪੀ ਹੈਰੋਇਨ ਦਿੱਲੀ ਤੋਂ ਲੈ ਕੇ ਆਇਆ ਸੀ ਅਤੇ ਆਰੋਪੀ ਅੰਮ੍ਰਿਤਸਰ ਜੇਲ੍ਹ 'ਚ ਬੰਦ ਵਿੱਕੀ ਨਾਮਕ ਨੌਜਵਾਨ ਨਾਲ ਸੰਪਰਕ 'ਚ ਸੀ ਤੇ ਉਸੇ ਦੇ ਕਹਿਣ ਤੇ ਕੰਮ ਕਰ ਰਿਹਾ ਹੈ। ਫੜੀ ਗਈ ਹੈਰੋਇਨ ਦੀ ਕੀਮਤ 5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਲੜਕਾ ਜੋ ਹੈ ਇਹ ਇਸਕੀ ਉਮਰ ਤਕਰੀਬਨ 27-28 ਸਾਲ ਕੀ ਹੈ। ਸੁਲਤਾਨਵਿੰਡ ਪੁਲਿਸ ਸਟੇਸ਼ਨ ਕੇ ਏਰੀਆ ਕਾ ਰਹਿਣੇ ਵਾਲਾ ਹੈ। ਇਹ ਇੱਕ ਵਿੱਕੀ ਨਾਮ ਕੇ ਐਕਿਊਜ਼ਡ ਹੈ ਜੇਲ ਮੇ ਉਸਕੇ ਸਾਥ ਇਨ ਟੱਚ ਥਾ ਔਰ ਉਸਕੇ ਬਿਹੇਸਟ ਪੇ ਇਹ ਵਹਾਂ ਸੇ ਹੈਰੋਇਨ ਲਾ ਕਰਕੇ ਯਹਾਂ ਪਰ ਸਪਲਾਈ ਕਰਨੇ ਵਾਲਾ ਥਾ ਤੋ ਹਮ ਇਸਕੇ ਉੱਪਰ ਇਸਕਾ ਪ੍ਰੋਡਕਸ਼ਨ ਵਾਰੰਟ ਵੀ ਲੈ ਰਹੇ ਹੈ ਔਰ ਜੋ ਵਿੱਕੀ ਹੈ ਉਸਕੋ ਵੀ ਗ੍ਰਿਫਤਾਰ ਕੀਆ ਜਾਏਗਾ ਇਸਮੇ ਪ੍ਰੋਡਕਸ਼ਨ ਵਾਰੰਟ ਪੇ ਲਾ ਕਰਕੇ ਉਸਕੇ ਅੰਦਰ ਫਰਦਰ ਇਨਵੈਸਟੀਗੇਸ਼ਨ ਕੀ ਜਾਏਗੀ।